ਕਸਿਕਾ ਮਿਸਰ ਆਜਪਾਈ ਆਜੀ ਬਿਜ਼ਨਸ ਸੈਕਟਰ ਦੇ ਛੋਟੀ ਜਿਹੀ ਸ਼ਾਪ ਹੈ ਛੋਟਾ ਜਿਹਾ ਇਹਨਾਂ ਨੇ ਕਨਸੈਪਟ ਸ਼ੁਰੂ ਕੀਤਾ ਬਹੁਤ ਹੀ ਜੈਨੂਇਨ ਜਿਹਾ ਪ੍ਰਾਈਜ਼ ਹੈ ਅਤੇ ਇਹ ਕਨਸੈਪਟ ਅੱਜ ਮੈਂ ਕਿਉਂ ਕਵਰ ਕਰ ਰਿਹਾ ਇਹਦਾ ਰੀਜ਼ਨ ਬਹੁਤ ਵੱਡਾ ਹੈ ਸੋ ਆਪਾਂ ਲਾਸਟ ਤੱਕ ਦੇਖਾਂਗੇ ਇਸ ਵੀਡੀਓ ਨੂੰ ਥੋੜ੍ਹਾ ਜਿਹਾ ਸਰ ਸ਼ਾਪ ਬਾਰੇ ਸਰ ਮੇਰੀ ਸ਼ੋਪ ਹੈ ਛੋਟੀ ਜੀ ਮੇਰੀ ਸ਼ੋਪ ਦਾ ਨਾਮ ਹਰਜੀਤ ਬੇਕਰ ਹੈ ਅਤੇ ਮੈਂ ਬੇਕਰੀ ਦਾ ਵੀ ਕੰਮ ਕਰਦਾ ਅਤੇ ਨਾਲ ਮੇਰਾ ਚਾਈਨੀਜ਼ ਦਾ ਕੰਮ ਹੈਗਾ ਅਤੇ ਮੇਰੇ ਕੋਲ ਚਾਈਨੀਜ਼ ਵਿੱਚ ਸਪਰਿੰਗ ਰੋਲ ਹੈ ਡਰੈਗਨ ਰੋਲ ਹੈ ਫ੍ਰੈਂਚ ਫਰਾਈਜ਼ ਹੈ KFC ਅਤੇ ਆਪਣਾ ਇੱਕ ਦੋ ਹੋਰ ਵਰਾਈਟੀਆਂ ਗ੍ਰਿਲ ਸੈਂਡਵਿਚ ਵਗੈਰਾ ਹੈਗੇ ਅਤੇ ਤੁਸੀਂ ਰੇਟ ਕੀ ਹੈ ਸਰ ਨੂਡਲਸ ਦਾ ਨੂਡਲ ਦਾ ਸਰ 10 ਰੁਪਏ ਤੋਂ ਲੈ ਕੇ 70 ਰੁਪਏ ਤੱਕ ਹੈ ਅਤੇ ਸਪਰਿੰਗ ਰੋਲ ਸਿਰਫ 10 ਰੁਪਏ ਦੀ ਪਲੇਟ ਤੁਹਾਨੂੰ ਸ਼ਿਮਲਾ ਮਿਰਚ ਕੌਰਨ ਅਨੀਅਨ ਅਤੇ ਕੈਪਸਿਕਮ ਵੀ ਮਿਲ ਰਹੀ ਹੈ ਸੋ ਮੈਂ ਤੁਹਾਨੂੰ ਨੂਡਲ ਟੇਸਟ ਕਰਕੇ ਦੱਸਦਾ ਇਹਦਾ ਟੇਸਟ ਕਿਵੇਂ ਦਾ ਬਹੁਤ ਹੀ ਟੇਸਟੀ ਮੈਂ ਕਹਿੰਦੀ ਦਾ ਨੂਡਲ ਹੈ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਹਾਜੀ ਬੇਕਰ ਤੋਂ ਦੇਖੋ ਮੈਂ ਇਹ ਤੁਹਾਨੂੰ ਹਾਜੀ ਬੇਕਰ ਅਜਿਹੇ ਲੈ ਕੇ ਆਇਆ ਕਿ ਇੱਕ ਛੋਟੀ ਜਿਹੀ ਏਜ ਦਾ ਲੜਕਾ ਜਿਸ ਇੱਥੇ ਮਤਲਬ ਕਿ ਬਹੁਤ ਹੀ ਜ਼ਿੰਮੇਵਾਰੀਆਂ ਨਾਲ ਇਹ ਛੋਟੀ ਜਿਹੀ ਸ਼ੋਪ ਚਲਾ ਰਿਹਾ ਅਤੇ ਰੇਟ ਵੀ ਬਹੁਤ ਹੀ ਜੈਨੂਅਨ ਹੈ 10 ਰੁਪਏ ਦੀ ਪਲੇਟ ਨੂਡਲ ਦੀ 25 ਰੁਪਏ ਦੇ 2 ਸਪਰਿੰਗ ਰੋਲ ਅਤੇ ਹੋਰ ਵੀ ਬਹੁਤ ਕੁਛ ਇੰਨਾ ਹੀ ਜਿਹੜਾ ਬੇਕਰੀ 'ਤੇ ਮਿਲਦਾ ਸੋ ਤੁਸੀਂ ਇੱਕ ਵਾਰੀ ਪਲੀਜ਼ ਵਿਜਿਟ ਕਰਨਾ ਇਹਨਾਂ ਕੋਲ ਹੁਣ ਇਹ ਸਾਨੂੰ ਡਰੈਗਨ ਰੋਲ ਖਵਾ ਰਹੇ ਨੇ ਅਤੇ ਆਪਾਂ ਟੇਸਟ ਕਰਾਂਗੇ ਡਰੈਗਨ ਰੋਲ ਦਾ ਜੋ ਕਿ ਇਹਨਾਂ ਦਾ ਕਹਿਣਾ ਹੈ ਡਰੈਗਨ ਰੋਲ ਇਹਨਾਂ ਦੀ ਖੁਦ ਦੀ ਪ੍ਰੈਪਰੇਸ਼ਨ ਹੈ ਸਰ ਡਰੈਗਨ ਰੋਲ ਸਰ ਮੈਂ ਆਪ ਬਣਾਉਣਾ ਸੋ ਖੁਦ ਦੀ ਪ੍ਰੈਪਰੇਸ਼ਨ ਹੈ ਵੇਖਾਂਗੇ ਇਹਦੇ ਵਿੱਚ ਸਟਫਿੰਗ ਕਾ ਜੀ ਸਰ ਇਹਦੇ ਵਿੱਚ ਸਟਫਿੰਗ ਕਾ ਜੀ ਇਹਦੇ ਵਿੱਚ ਸਾਰੇ ਸਰ ਵੈਜੀਟੇਬਲਸ ਆਉਂਦੀਆਂ ਉਸ ਤੋਂ ਬਾਅਦ ਕੋਰਨਸ ਆਉਂਦੇ ਅਤੇ ਪਨੀਰ ਆਉਂਦਾ ਅਤੇ ਜਿਹੜਾ ਪਨੀਰ ਹੈ ਉਹ ਵੀ ਠੀਕ ਹੈ ਜੀ ਵੈਜੀਟੇਬਲ ਪਨੀਰ ਦੀ ਸਟਫਿੰਗ ਹੈ ਟੇਸਟ ਕਰਕੇ ਤੁਹਾਨੂੰ ਕੀ ਹੋਇਆ ਕਾਫੀ ਟੇਸਟੀ ਹੈ ਅਤੇ ਮੈਂ ਇਹ ਕਹਿ ਸਕਦਾ ਕਿ ਜੋ ਬਾਕੀ ਸਟਾਫ ਸੀ ਜਿੱਥੋਂ ਵੀ ਇਹ ਟਰੈਗਨ ਰੋਲ ਮਿਲਦਾ ਬਟ ਉਹਨਾਂ ਦੇ ਮੁਕਾਬਲੇ ਕਾਫੀ ਬੈਸਟ ਹੈ ਇੱਕ ਵਾਰੀ ਜ਼ਰੂਰ ਆਓ ਰੇਟ ਵੀ ਬਿਲਕੁਲ ਜੈਨੂਇਨ ਹੈ 20 ਰੁਪਏ ਤੋਂ ਹੋਰ ਵੀ ਕਾਫੀ ਵਰਾਇਟੀ ਤੁਹਾਨੂੰ ਮਿਲ ਜਾਏਗੀ ਖਾਣ ਲਈ ਅਤੇ ਬਹੁਤ ਹੀ ਜ਼ਿਆਦਾ ਟੇਸਟੀ ਹੈ ਸਰ KFC ਵਿੱਚ ਚਾਮਚ KFC ਵਿੱਚ ਥੋੜ੍ਹਾ ਜਿਹਾ ਦੱਸੋਗੇ ਕਿ ਕਿੱਦਾਂ ਥੋੜ੍ਹੀ ਤੁਹਾਡੀ ਆਪਣੀ
मेकिंग है तरीके हां जी है मेरी मेकिंग है मसाले वगैरह सारा कुछ आप ही रखना है क्या बात है ये दूसरी सब्जी का जो काट के देर फ्राई कराऊंगा फिर ज्यादा चीनी की टेस्ट करने जा रहे के सी क्रीम में चार चीज रखते थे उनके अंदर का टेस्ट है बहुत ही सॉफ्ट है ना ये चांप एंड एक इन्होंने सब्जियां ना एक सोते करके मतलब इन तड़का जो लाया क्रीम वगैरह वो दे डाल के बहुत ही टेस्टी है बहुत स्वाद